ਤੇ ਹੁਣ ਅਗਲਾ ਜਿਹੜਾ ਸ਼ਬਦ ਹੈਗਾ ਉਹ ਸਾਡੇ ਦੋ ਛੋਟੇ ਬੜੇ ਪਿਆਰੇ ਵੈਰੀ ਟੈਲੈਂਟਡ ਯੰਗ ਮੈਨ ਮਖੀਰ ਸਿੰਘ ਤੇ ਮੁਖਾਂਤਰ ਸਿੰਘ ਉਹ ਆ ਜਾਣ ਤੇ ਜਿਨ੍ਹਾਂ ਨੇ ਉਹਨਾਂ ਨਾਲ ਤਬਲਾ ਦੀ ਸੇਵਾ ਕਰਨੀ ਹੈ ਉਹ ਵੀ ਆ ਜਾਣ ਸਾਰੇ ਤੇ ਉਸ ਤੋਂ ਬਾਅਦ ਵੀ ਗੋਇੰਗ ਟੂ ਡੂ ਦੀ ਇੰਸਟਰੂਮੈਂਟ ਪ੍ਰੋਗਰਾਮ ਜਿਹੜਾ ਰਵਿੰਦਰ ਭੈਣ ਜੀ ਤੁਹਾਨੂੰ ਸਾਰਿਆਂ ਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਬਾਰ ਦੇ ਵਿੱਚ ਆਏ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਮਰਦਾਨਾ ਅਕੈਡਮੀ ਵੱਲੋਂ ਅਤੇ ਗਾਵੋ ਸਰਬ ਸਾਜੀ ਵੱਲੋਂ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਆਪਣਾ ਇਹ ਕੀਮਤੀ ਸਮਾਂ ਕੱਢ ਕੇ ਆਪਣੇ ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਈ ਹੈ ਅਤੇ ਅੱਜ ਉਪਰਾਲਾ ਕੀਤਾ ਕਿ ਅਸੀਂ ਬਸੰਤ ਕੀਰਤਨ ਦਰਬਾਰ ਕਾਫੀ ਸਾਲਾਂ ਤੋਂ ਅਸੀਂ ਅਲੱਗ ਅਲੱਗ ਗੁਰਦੁਆਰਿਆਂ ਦੇ ਵਿੱਚ ਮੋਸਟਲੀ ਤਾਂ ਬਸ ਬੋਇਨਾ ਪਾਰਕ ਦੇ ਵਿੱਚ ਕਰਵਾਇਆ ਜਾਂਦਾ ਅਤੇ ਇਸ ਵਾਰੀ ਹੁਣ ਇੱਥੇ ਆਉਣ ਕਰਕੇ ਰੁਝਾਨ ਇਹ ਬਣਿਆ ਕਿ ਚਲੋ ਅਸੀਂ ਬਸੰਤ ਕੀਰਤਨ ਦਰਬਾਰ ਇੱਥੇ ਕਰਵਾਇਆ ਜਾਈਏ। ਬਸੰਤ ਕੀਰਤਨ ਦਰਬਾਰ ਦੀ ਜਗ੍ਹਾ ਅਗਰ ਮੈਂ ਹਟ ਕੇ ਬਸੰਤ ਰਾਗ ਦਰਬਾਰ ਕਹਿ ਦੇਵਾਂ ਤਾਂ ਇਹਦੇ 'ਚ ਕੋਈ ਗਲਤੀ ਨਹੀਂ, ਕਿਉਂਕਿ ਅੱਜ ਸਿਰਫ ਅਸੀਂ ਬਸੰਤ ਦੇ ਬਾਰੇ ਹੀ ਗੱਲ ਕਰਨੀ ਹੈ। ਬਸੰਤ ਦੇ ਬਾਰੇ ਵਿੱਚ ਮੈਂ ਜ਼ਿਆਦਾ ਪਿੱਛੇ ਜਦ ਤੱਕ ਬੱਚੇ ਆਪਣਾ ਇੰਸਟਰੂਮੈਂਟ ਚੈੱਕ ਕਰ ਰਹੇ ਨੇ ਮੈਂ ਦੱਸਣਾ ਚਾਹੁੰਦੀ ਹਾਂ, ਕਿਉਂਕਿ ਸਾਰੇ ਹੀ ਅਸੀਂ ਰਿਲੇਟਡ ਪਿੱਛੋਂ ਪਿੰਡਾਂ ਤੋਂ ਆ, ਇੰਡੀਆ ਤੋਂ ਆ, ਰਿਲੇਟਡ ਅਸੀਂ ਬਸੰਤ ਪੰਚਮੀ। ਬਸੰਤ ਪੰਚਮੀ ਜਿਹੜੀ ਹੈ ਜਦੋਂ ਆਪਾਂ ਲੋਹੜੀ ਵਾਲੀ ਰਾਤ ਅਸੀਂ ਦਰਬਾਰ ਸਾਹਿਬ ਅਗਰ ਹਰਿਮੰਦਰ ਸਾਹਿਬ ਜਾਈਏ ਕਿਸੇ ਵੀ ਗੁਰਦੁਆਰੇ ਵਿੱਚ ਜਿਹੜਾ ਵੀ ਇਤਿਹਾਸਿਕ ਗੁਰਦੁਆਰਾ ਤਰਨ ਤਾਰਨ ਗੁਰਦੁਆਰਾ ਤਾਂ ਸਭ ਲੋਕ ਹੁੰਮ ਹੁਮਾ ਕੇ ਉੱਥੇ ਜਾਂਦੇ ਸੀ ਕਿ ਅੱਜ ਬਸੰਤ ਰਾਗ ਖੁੱਲ੍ਹਣਾ। ਬਸੰਤ ਰਾਗ ਦਾ ਆਗਮਨ ਜਿਹੜਾ ਹੈ ਲੋਹੜੀ ਵਾਲੀ ਰਾਤ ਨੂੰ ਦਰਬਾਰ ਸਾਹਿਬ ਦੇ ਵਿੱਚ ਹੋਇਆ ਕਰਾਇਆ ਜਾਂਦਾ। ਬਸੰਤ ਮੀਨਸ ਇੱਕ ਸਾਡੇ ਮਨਾਂ ਦੇ ਵਿੱਚ ਖੇੜਾ ਉਤਸ਼ਾਹ, ਜਿੱਦਾਂ ਰੁੱਤ ਚੇਂਜ ਹੁੰਦੀ ਆ ਸਾਡੇ ਮਨ ਦੀਆਂ ਰੁੱਤਾਂ ਵੀ ਜਿਹੜੀਆਂ ਨੇ ਉਹਦੇ ਨਾਲ ਚੇਂਜ ਹੋ ਜਾਂਦੀਆਂ ਨੇ। ਅਤੇ ਦੁਨਿਆਵੀ ਜਿਸ ਤਰ੍ਹਾਂ ਕਿ ਅਸੀਂ ਕਿ ਕੱਕਰ ਹੈ ਪਾਲਾ ਆ ਸਭ ਕੁਝ ਹੋਣ ਦੇ ਬਾਅਦ ਸਾਡਾ ਮੌਸਮ ਚੇਂਜ ਹੁੰਦਾ ਹੈ, ਸਵੈਟਰਾਂ ਲੱਥਦੀਆਂ ਨੇ, ਉਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਦੋਂ ਪੱਤਝੜ ਆਉਂਦੀ ਹੈ ਤਾਂ ਫੁੱਲਾਂ ਦੇ ਉੱਤੇ ਜਿਹੜਾ ਸਾਰੀਆਂ ਟਾਹਣੀਆਂ ਝੜ ਜਾਂਦੀਆਂ ਨੇ, ਅਤੇ ਜਦੋਂ ਬਸੰਤ ਰੁੱਤ ਦਾ ਖੇੜਾ ਆਉਂਦਾ ਸਪਰਾਊਟਸ ਹੌਲੀ ਹੌਲੀ ਜਿਹੜਾ ਆ ਪੁੰਗਰਨੇ ਸ਼ੁਰੂ ਹੋ ਜਾਂਦੇ ਨੇ ਅਤੇ ਬਸੰਤ ਆਗਮਨ ਜਿਹੜਾ ਆ ਸਾਡਾ ਸਟਾਰਟ ਹੋ ਜਾਂਦਾ ਹੈ। ਬਸੰਤ ਚੜ੍ਹਿਆ ਫੂਲੀ ਬਨ ਰਾਏ, ਬਨਸਪਤ ਪੌਲ ਮੌਲੀ ਚੜ੍ਹਿਆ ਬਸੰਤ, ਕਿ ਗੁਰਬਾਣੀ ਦੇ ਵਿੱਚ ਵੀ ਇਸ ਨੂੰ ਬਸੰਤ ਰਾਗ ਪ੍ਰਧਾਨ ਹੈ। ਬਸੰਤ ਰਾਗ ਜਿਹੜਾ ਦੇਵਤਿਆਂ ਦੇ ਕੋਲੋਂ ਮੰਗਵਾਂ ਰਾਗ ਸਾਨੂੰ ਕੁਛ ਟਾਈਮ ਲਈ ਮਿਲਦਾ, ਇਸ ਟਾਈਮ ਦੇ ਵਿੱਚ ਸਾਰੰਗ ਰਾਗ ਸਾਰੇ ਮੇਰੇ ਜਿੰਨੇ ਜਿੰਨੇ ਵੱਡੇ ਵੀਰ ਮੇਰੇ ਮੈਡਮ ਬੈਠੇ ਨੇ ਸਾਰੇ ਰਾਗਾਂ ਨੂੰ ਸਮਝਣ ਵਾਲੇ ਨੇ ਕਿ ਇਸ ਦੇ ਵਿੱਚ ਅਸੀਂ ਸਾਰੰਗ ਰਾਗ ਰੱਖ ਕੇ ਗਿਰਵੀਂ ਫਿਰ ਅਸੀਂ ਬਸੰਤ ਰਾਗ ਲੈ ਲੈਂਦੇ ਹਾਂ। ਬਸੰਤ ਰਾਗ ਸਾਡੇ ਕੋਲ ਜਿਹੜਾ ਦੇਵਤਿਆਂ ਦਾ ਰਾਗ ਹੈ, ਕੁਛ ਥੋੜ੍ਹੇ ਟਾਈਮ ਵਾਸਤੇ ਅਸੀਂ ਬਸੰਤ ਰਾਗ ਗਾ ਸਕਦੇ ਹਾਂ। ਅਤੇ ਅੱਜ ਬੱਚਿਆਂ ਨੇ ਛੋਟੇ ਛੋਟੇ ਬੱਚਿਆਂ ਨੇ ਇੱਕ ਸਾਡੀ ਫੁਲਵਾੜੀ ਹੈ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਸਾਡੇ ਪੁੰਗੜ ਦੇ ਬੱਚੇ ਨੇ ਇਹ ਇੱਕ ਬਸੰਤ ਫੁਲਵਾੜੀ ਹੈ ਉਹਨੂੰ ਉਤਸ਼ਾਹ ਦੇ ਨਾਲ, ਜਿੱਦਾਂ ਅੱਜ ਬੱਚਿਆਂ ਨੇ ਬੜੀ ਕੋਸ਼ਿਸ਼ ਨਾਲ ਕਿ ਇਹਦੀ ਵਰਡਿੰਗ ਥੋੜ੍ਹੀ ਮੁਸ਼ਕਲ ਹੈ, ਦੇਖ ਫੂਲ ਫੂਲ ਫੁੱਲੇ, ਇਹਨਾਂ ਨੂੰ ਇੱਕ ਵਾਰੀ ਫੂਲ ਫੁੱਲੇ ਕਹਿਣਾ ਮੁਸ਼ਕਲ ਲੱਗਦਾ, ਪਰ ਇਹਨਾਂ ਨੇ ਬੜੇ ਬਹੁਤ ਕੋਸ਼ਿਸ਼ ਕੀਤੀ ਹੈ। ਬੱਚਿਆਂ ਦੇ ਪੇਰੈਂਟਸ ਦਾ ਵੀ ਬਹੁਤ ਧੰਨਵਾਦ, ਸਿਖਾਇਆ ਜਿਨ੍ਹਾਂ ਨੇ ਬਹੁਤ ਅੱਛਾ ਇਹਨਾਂ ਨੇ ਪਰਫੋਰਮ ਕੀਤਾ। ਅਤੇ ਹੁਣ ਛੋਟੇ ਛੋਟੇ ਬੱਚੇ ਇਹਨਾਂ ਦੇ ਤਾਂ ਜਦੋਂ ਆਪਾਂ ਸੁਣਦੇ ਹਾਂ ਤਾਂ ਸਪੀਚਲੈਸ, ਕਿਉਂਕਿ ਉਮਰ ਦੇ ਹਿਸਾਬ ਨਾਲ ਇਹਨਾਂ ਦਾ ਗੁਣ ਬਹੁਤ ਵੱਡਾ, ਬਹੁਤ ਹੀ ਟੈਲੈਂਟਡ ਬੱਚੇ ਨੇ। ਅਤੇ ਦੇਖੋ ਜਿੰਨਾ ਸਾਜ਼ ਭਾਰ ਹੈ ਉਹਦੇ 'ਚ ਲੱਗਦਾ ਕਿ ਬੱਚੇ 'ਚ ਜਾਨ ਹੀ ਨਹੀਂ ਹੈ, ਪਰ ਜਦੋਂ ਉਹ ਵਜਾਉਂਦਾ ਨਾ ਤਾਂ ਇੱਕਦਮ ਮੰਤਰ ਮੁਗਧ ਜਿੱਦਾਂ ਸਾਨੂੰ ਕਰ ਲੈਂਦੇ ਨੇ ਨਾ ਬੱਚੇ, ਅਤੇ ਤਾਊਸ਼ ਅਤੇ ਦਿਲਰਬਾ ਛੋਟੇ ਛੋਟੇ ਬੱਚੇ ਨੇ, ਇਹਨਾਂ ਨੇ ਆਪਣਾ ਸ਼ਬਦ ਪੜ੍ਹਨਾ ਹੈ ਅਤੇ ਨਾਲ ਤਬਲੇ ਦੇ ਉੱਤੇ ਸੰਗਤ ਕਰਨੀ ਹੈ। ਆਪਣੇ ਮਨ ਦੇ ਵਿੱਚ ਉਹੀ ਚਾਹ ਖੇੜਾ ਅਸੀਂ ਆਪਣਾ ਬਸੰਤ ਦਾ ਲੈ ਕੇ ਅਗਰ ਅਸੀਂ ਆਪਣੇ ਦਰਬਾਰ ਦੇ ਵਿੱਚ ਹਾਜ਼ਰੀ ਲੈ ਕੇ ਆਏ ਹਾਂ ਤਾਂ ਅਸੀਂ ਹੋਰ ਜਿਹੜਾ ਪ੍ਰਭਾਵਿਤ ਹੋ ਸਕਦੇ ਹਾਂ। ਗੁਰੂ ਚਰਨਾਂ ਦੇ ਵਿੱਚ ਸਾਡੀ ਇਹੀ ਅਰਦਾਸ ਹੈ ਕਿ ਇਹ ਬੱਚੇ ਇਸੇ ਤਰ੍ਹਾਂ ਗੁਰਬਾਣੀ ਨਾਲ ਜੁੜੇ ਰਹਿਣ, ਔਰ ਕੋਸ਼ਿਸ਼ ਅਸੀਂ ਵੀ ਕਰਦੇ ਰਹੀਏ ਕਿ ਬੱਚਿਆਂ ਨੂੰ ਇਸ ਰੁਝਾਨ ਵਾਲੇ ਪਾਸੇ ਲਾਈਏ। ਮੈਂ ਜ਼ਿਆਦਾ ਨਾ ਗੱਲਾਂ ਕਰਦੀ ਹੋਈ, ਉਹਨਾਂ ਦੇ ਇੰਸਟਰੂਮੈਂਟ ਤਿਆਰ ਨੇ ਅਤੇ ਮੁਖਾਂਤਰ ਮਖੀਰ ਐਂਡ ਮੁਖਾਂਤਰ ਸੋ ਆਪਣਾ ਸ਼ਬਦ ਹਾਜ਼ਰੀ ਭਰਨ ਜਾ ਰਹੇ ਨੇ। ਪਿਆਰ ਦੇ ਨਾਲ ਸ਼ਰਵਣ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਤੇ ਸਭ ਤੋਂ ਪਹਿਲਾਂ ਜਿਹੜਾ ਆ ਕਿ ਜਾ ਇੱਕ ਜਣਾ ਜਾ ਕੇ ਜਿਹੜੇ ਉੱਥੇ ਲੰਗਰ ਹਾਲ ਦੇ ਵਿੱਚ, ਦੇਖੋ ਲੰਗਰ ਹਾਲ ਤਾਂ ਆਪਾਂ ਰੋਜ਼ ਹੀ ਕਰਦੇ ਆ, ਅੱਜ ਜਿਹੜਾ ਸਾਡਾ ਆਤਮਕ ਜਿਹੜੀ ਸਾਡੀ ਰੂਹ ਹੈ ਨਾ ਉਹਨੂੰ ਸਾਨੂੰ ਸਿਰਫ ਗੁਰਬਾਣੀ ਦੀ ਲੋੜ ਹੈ ਅੱਜ ਸਾਨੂੰ। ਉਹ ਲੰਗਰ ਜਿਹੜਾ ਲੋਕੀ ਬੈਠੇ ਨੇ ਉੱਥੇ ਲੰਗਰ ਦੇ ਵਿੱਚ, ਉਹ ਮਿਸ ਕਰਨਗੇ ਕਿ ਜੋ ਅੱਜ ਇਹ ਦੇਖ ਰਹੇ ਨੇ, ਬੱਚਿਆਂ ਦਾ ਉਤਸ਼ਾਹ ਔਰ ਬੱਚਿਆਂ ਦਾ ਸ਼ੌਕ ਗੁਰਬਾਣੀ ਨਾਲ ਜੁੜੇ ਨੇ। ਸੋ ਹੱਥ ਜੋੜ ਕੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਲੰਗਰ ਹਾਲ ਦੇ ਵਿੱਚ ਬੈਠੇ ਨੇ ਉਹ ਆ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.
ਮੌਲੀ ਧਰਤੀ ਮੌਲਿਆ ਆਕਾਸ਼। ਜਿਸ ਹਿਸਾਬ ਨਾਲ ਬੱਚਿਆਂ ਨੇ ਇੱਕ ਇੱਕ ਸਵਰ ਨੂੰ ਪੂਰੀ ਬਾਖੂਬੀ ਨਾਲ ਨਿਭਾਇਆ, ਉਸੇ ਤਰ੍ਹਾਂ ਸਾਡੇ ਮਨਾਂ ਦੇ ਵਿੱਚ ਵੀ ਜਿਹੜਾ ਆ ਧਰਤੀ ਆਕਾਸ਼ ਜਿਹੜਾ ਆ, ਜਿਸ ਤਰ੍ਹਾਂ ਕਿ ਖੇੜੇ ਵਿੱਚ ਆ ਜਾਂਦੇ ਨੇ, ਸਾਡੇ ਮਨਾਂ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਇਹਨਾਂ ਬੱਚਿਆਂ ਨੇ ਖੁਸ਼ੀ ਦਾ ਅਹਿਸਾਸ ਕਰਵਾਇਆ ਹੈ। ਜਪਜੀ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਅਸੀਂ, ਕੁਦਰਤ ਸੁਣੀਏ, ਕੁਦਰਤ ਸੁਣੀਏ, ਕੁਦਰਤ ਭੋ ਸੁਖਸਾਰ, ਕੁਦਰਤ ਪਾਤਾਲੀ ਆਕਾਸ਼ੀ, ਕੁਦਰਤ ਸਰਬਾਕਾਰ। ਸੋ ਉਸ ਰੋਮ ਰੋਮ ਦੇ ਵਿੱਚ ਘੱਟ ਘੱਟ ਵਸਿਆ ਹੋਇਆ ਆਤਮ ਪ੍ਰਗਾਸ ਹੈ ਕਿ ਜਿੱਥੇ ਜੀਵ ਜੰਤੂਆਂ ਨੂੰ ਵੀ, ਸਾਨੂੰ ਮਨੁੱਖੀ ਜੀਵਾਂ ਨੂੰ ਵੀ ਆਕਾਸ਼ ਪਤਾਲ ਜਦੋਂ ਵੀ ਕੁਦਰਤ ਚੇਂਜ ਹੁੰਦੀ ਹੈ, ਉਹ ਸਿਰਫ ਮਨੁੱਖੀ ਜੀਵਾਂ ਦੇ ਵਾਸਤੇ ਹੀ ਚੇਂਜ ਨਹੀਂ ਹੁੰਦੀ, ਪੰਛੀਆਂ ਦੇ ਵਿੱਚ ਵੀ ਖੇੜਾ ਆ ਜਾਂਦਾ ਹੈ, ਪੰਛੀ ਵੀ ਚਹਿਚਹਾਟ ਲੱਗ ਜਾਂਦੇ ਹਨ। ਸੰਗੀਤਕਾਰਾਂ ਨੇ ਸੱਤ ਸੁਰਾਂ ਨੂੰ ਜਿਹੜਾ ਹੈ ਪੰਛੀਆਂ ਦੀ ਆਵਾਜ਼ ਦੇ ਨਾਲ ਮਿਲਾ ਕੇ ਦੱਸਿਆ ਹੈ ਕਿ ਕਿਹੜੇ ਸੁਰ ਤੋਂ ਕਿਹੜੀ ਆਵਾਜ਼ ਨਿਕਲਦੀ ਹੈ। ਅਤੇ ਹੁਣ ਗੁਰੂ